ਉੱਥੋਂ ਗੱਡੀ ਆਈ ਇਹਨਾਂ ਦੇ ਪਿੱਛੋਂ ਕਰੇਟਾ ਗੱਡੀ ਜਾਂ 5555 ਨੰਬਰ ਇਹਨਾਂ ਮੁਤਾਬਕ ਜਿਹੜਾ ਦੱਸਦੇ ਵੀ ਪੜਿਆ ਗਿਆ ਅਤੇ ਉਹਨਾਂ ਦੇ ਪਿੱਛੇ ਗੱਡੀ ਮਾਰ ਕੇ ਅਤੇ ਅਗਲੇ ਬੰਦੇ ਜੋ ਉੱਤੋਂ ਲੱਗਾ ਅਤੇ ਗੋਲੀਆਂ ਮਾਰ ਦਿੱਤੀਆਂ। ਸਰ ਗੱਡੀ ਦੇ ਵਿੱਚ ਇਹ ਇਕੱਲਾ ਹੀ ਸਵਾਰ ਸੀ ਜਾਂ ਇਹਦੇ ਨਹੀਂ ਇਹਦੇ ਘਰ ਵਾਲੀ ਇੱਕ ਬੱਚੇ ਨਾਲ ਉਹਨਾਂ ਨੂੰ ਸਰ ਗੋਲੀ ਲੱਗੀ ਕਿ ਜਾਂ ਉਹ ਨਹੀਂ ਬਾਕੀ ਕਿਸੇ ਨੂੰ ਗੋਲੀ ਲੱਗੀ ਸਿਰਫ ਇਹਦੇ ਹੀ ਗੋਲੀਆਂ ਮਾਰੀਆਂ ਉਹਨਾਂ। ਸਰ ਪ੍ਰੇਮਾ ਪੀਸੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਆਈ ਹੈ ਕਿ ਇਹਦੀ ਕੋਈ ਦੁਸ਼ਮਣੀ ਆ ਜਾਂ ਕੋਈ ਅਣਪਛਾਤੇ? ਨਹੀਂ ਅਜੇ ਤਫਤੀਸ਼ ਦਾ ਪਾਠ ਹੈ ਜੇ ਪਤਾ ਲੱਗੂਗਾ ਅਜੇ ਅਸੀਂ ਤਫਤੀਸ਼ ਸ਼ੁਰੂ। ਸਰ ਮਤਲਬ ਹੁਣ ਜਿਹੜੀ ਡੈਡ ਬੋਡੀ ਕਬਜ਼ੇ 'ਚ ਲੈ ਲਈ। गड्डी मारी बेच दे फिर उन्होंने बाहर निकले मनरी ते पापा उन्होंने गोलियां मार दिया। तुहानू पता कौन है वो जा? मैं नहीं जानती उन्होंने। मेरा संडो भीर जी जजबीर सिंह पता नहीं जी यार गल बारे ये मक्खी तो आ रहे पिंड आते चले जी। हाँ जी हाँ जी। अच्छा, यह हादसा होया पौगिण तो लंघ के भट्ठे तो अगले बने वीर माली भट्ठे ते लागे। हाँ जी शक नहीं बाकी इन्हां दी कोई पेंडू लाग डर तो। हाँ जी बिलकुल आई है। हाँ जी मेरा साथ इंसाफ की मांग करते छोटी जी बच्ची है इन्हों इंसाफ दिता जाए। ये जिदी मुंडे की डैथ हुई है जजबीर सिंह सानो मस्तान सिंह दाओके का रहने वाला ये अपने सहुरे वड्डी मक्खी आया सी उतों सवेरे के 10:15 के लगभग चलिया तो जो ये पहू पिंड तो अगे थोड़ा पहुंचा भट्ठे को उतों गड्डी आई इन्हों पिछों करेटा गड्डी जहाँ 5555 नंबर इन्हों मुताबक जो दसद भी पढ़िया गया तो उन्होंने पिछे गड्डी मार के ਤੇ ਅਗਲੇ ਬੰਦੇ ਜੋ ਉੱਤੋਂ ਲੱਗਾ ਤੇ ਗੋਲੀਆਂ ਮਾਰ ਦਿੱਤੀਆਂ। ਸਰ ਗੱਡੀ ਦੇ ਵਿੱਚ ਇਹ ਇਕੱਲਾ ਹੀ ਸਵਾਰ ਸੀ ਜਾਂ ਇਹਦੇ? ਨਹੀਂ ਇਹਦੇ ਘਰ ਵਾਲੀ ਇੱਕ ਬੱਚੇ ਨਾਲ। ਉਹਨਾਂ ਨੂੰ ਸਰ ਗੋਲੀ ਲੱਗੀ ਕਿ ਜਾਂ ਉਹ? ਨਹੀਂ ਬਾਕੀ ਕਿਸੇ ਨੂੰ ਗੋਲੀ ਲੱਗੀ ਸਿਰਫ ਇਹਦੇ ਹੀ ਗੋਲੀਆਂ ਮਾਰੀਆਂ ਉਹਨਾਂ। ਸਰ ਪ੍ਰੇਮਾ ਪੀਸੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਆਈ ਹੈ ਕਿ ਇਹਦੀ ਕੋਈ ਦੁਸ਼ਮਣੀ ਆ ਜਾਂ ਕੋਈ ਅਣਪਛਾਤੇ? ਨਹੀਂ ਅਜੇ ਤਫਤੀਸ਼ ਦਾ ਪਾਠ ਹੈ ਜੇ ਪਤਾ ਲੱਗੂਗਾ ਅਜੇ ਅਸੀਂ ਤਫਤੀਸ਼ ਸ਼ੁਰੂ। ਸਰ ਮਤਲਬ ਹੁਣ ਜਿਹੜੀ ਡੈਡ ਬੋਡੀ ਕਬਜ਼ੇ 'ਚ ਲੈ ਲਈ? ਡੈਡ ਬੋਡੀ ਆ ਹਸਪੀਟਲ ਨਹੀਂ ਪਹੁੰਚ ਗਈਆਂ ਲੈ ਲਈ ਹਸਪੀਟਲ ਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ। ਸਰ ਕਿਹੜੀ ਧਾਰਾ ਦਰਜ ਕਾਰਵਾਈ? ਇਹ 302 ਹੀ ਹੋਊਗੀ ਕਤਲ ਹੋਇਆ ਗੋਲੀਆਂ ਮਾਰੀਆਂ।